देख ला मेरी हमेतर नू ना चुगलखोर नहीं दसदी आ ना खड़ी खड़ी हुण बिटर बिटर झाकी जानी आ रोटी पानी नहीं तैयार करना कुड़ी वास्ते। जो किसी नू मिलना हुंदा ना आपां इही कहण लग जांदे आ मैनू जे थोड़े बड़े भैड़े जे सुपने आए ओ तैनू इह बहाने लाउण दी जां बहाने लभण दी कोई लोड नहीं तेरा दिल करदा उहदी मां नू मिलण ता मिलिया शाम नू आजी पर वड्डी बेबे दी रोटी दा की करना। ਉਹ ਵੱਡੀ ਬੇਬੇ ਦੀ ਰੋਟੀ ਮੈਂ ਬਣਾਤੀ ਤੇ ਖੁਸ਼ੂ ਨੂੰ ਦੱਸਤਾ ਦੁਪਹਿਰੇ ਨਾਲੇ ਉਹ ਆਪ ਗਰਮ ਕਰਕੇ ਖਾ ਲੂਗਾ ਨਾਲੇ ਵੱਡੀ ਬੇਬੇ ਨੂੰ ਦੇ ਦੂਗਾ ਤੇ ਜਦੋਂ ਤੁਸੀਂ ਰਾਤ ਨੂੰ ਵਾਪਸ ਆਉਂਗੇ ਤਾਂ ਆਉਂਦੇ ਆਉਂਦੇ ਮੈਨੂੰ ਵਾਪਸ ਲੈ ਆਇਓ। ਚਲ ਠੀਕ ਆ ਫਿਰ ਰੈਡੀ ਰਹੀ ਉਦੋਂ। ਹਾਂਜੀ ਅੱਛਾ ਨਾਲੇ ਗੱਲ ਸੁਣ ਆ ਕੋਟੀ 'ਚ ਠੰਡ ਨਾ ਕਿਤੇ ਲਵਾ ਲਈ ਨਾਲ ਜੈਕਟ ਵੀ ਲੈ ਜੀ। ਹਾਂਜੀ ਨਹੀਂ ਬਾਹਰ ਨਹੀਂ ਮੰਮੀ ਭਾਬੀ ਆ ਇੱਕ ਤਾਂ ਨਾ ਮੰਮੀ ਦੀ ਇਕੱਠਾ ਸਮਾਨ ਲੈਣ ਦੀ ਆਦਤ ਨਹੀਂ ਜਾਂਦੀ ਹੈਗੀ ਪਹਿਲਾਂ ਦੇਖ ਲਓ ਆ ਪਿਆਜ਼ਾਂ ਦੀਆਂ ਭੂਕਾਂ ਵੀ ਨਿਕਲ ਆਈਆਂ ਦੱਸ ਇੰਨੇ ਪਿਆਜ਼ ਲੈ ਕੇ ਮੰਮੀ ਨੇ ਅਚਾਰ ਪਾਉਣਾ ਸੀ ਤੂੰ ਆ ਰਜਾਈ 'ਚ ਜਵਾਕਾਂ ਵਾਂਗੂ ਬੜੀ ਬੈਠੀ ਆ ਹੈ ਆ ਜਾ ਕੁੜੀਏ ਕੀ ਹਾਲ ਹੈ ਠੀਕ ਤੁਸੀਂ ਦੱਸੋ ਕੀ ਹਾਲ ਹੈ ਠੀਕ ਹੈ ਮੈਂ ਤਾਂ ਇਕੱਲੀ ਆ ਗਈ ਪ੍ਰਾਹੁਣਾ ਪ੍ਰਾਹੁਣਾ ਤੁਹਾਡਾ ਆਊਗਾ ਸ਼ਾਮ ਨੂੰ ਮੈਨੂੰ ਲੈਣ ਹੁਣ ਤਾਂ ਮੈਂ ਇਕੱਲੀਓ ਹੀ ਆਈ ਆ ਭਾਬੀ ਕਿੱਥੇ ਆ ਉਹ ਨਹੀਂ ਦੀਂਦੀ ਭਾਬੀ ਹੋ ਗਈ ਆਪਣੇ ਕਮਰੇ 'ਚ ਦੇਖ ਰੋਟੀ ਦੇ ਗਈ ਠਾ ਆਪਣੇ ਕਮਰੇ 'ਚ ਚਾਹ ਫੜਾ ਗਈ ਠਾ ਆਪਣੇ ਕਮਰੇ 'ਚ ਹੈ ਕੋਈ ਕੰਮ ਹੋਵੇ ਕਰਕੇ ਜਦੇ ਆਪਣੇ ਕਮਰੇ 'ਚ ਪਤਾ ਨਹੀਂ ਆਪਣੇ ਕਮਰੇ 'ਚ ਕੀ ਬੜਿਆ ਹੋਇਆ ਉਹਨਾਂ ਦਾ ਕੁੜੀਏ ਕਿਤੇ ਭੁੱਲ ਭੁਲੇਖੇ ਬੋਟੀ ਕਿਤੇ ਜੇ ਮੇਰੇ ਕੋਲ ਬੈਠ ਵੀ ਜਾਵੇ ਨਾ ਤਾਂ ਮੈਨੂੰ ਕਹਿੰਦੀ ਹੈ ਤੁਸੀਂ ਟੋਕਦੇ ਹੀ ਬਹੁਤ ਹੋ ਮੰਮੀ ਤੁਸੀਂ ਬੋਲਦੇ ਬਹੁਤ ਹੋ ਮੂੰਹ ਨੂੰ ਚੇਪੀ ਲਾਲ ਮਾਮਾ ਆਹ ਗੱਲ ਤਾਂ ਭਾਬੀ ਦੀ ਬਿਲਕੁਲ ਸਹੀ ਆ ਤੁਹਾਨੂੰ ਟੋਕਣ ਦੀ ਬਹੁਤ ਆਦਤ ਆ ਤੁਸੀਂ ਨਾ ਆਪਦੇ ਸੁਭਾਅ ਨੂੰ ਥੋੜਾ ਬਦਲੋ ਹੁਣ ਬੱਲੇ ਨਹੀਂ ਕੁੜੀਏ ਮੇਰੀ ਜੰਮੀ ਮੈਨੂੰ ਹੀ ਮੱਤਾਂ ਵਾਹ ਦੀਦੀ ਤੁਸੀਂ ਮੈਨੂੰ ਲੱਗਿਆ ਤਾਂ ਸੀ ਮੰਮੀ ਕੋਲ ਕੋਈ ਆਇਆ ਮੈਨੂੰ ਲੱਗਿਆ ਕੋਈ ਮੰਮੀ ਦੀ ਸਹੇਲੀ ਕੋਈ ਚੁਗਲਖੋਰ ਗਵਾਂਢਣ ਆਈ ਹੋਣੀ ਆ ਤੁਸੀਂ ਕਦੋਂ ਆਏ ਮੈਨੂੰ ਪਤਾ ਹੀ ਨਹੀਂ ਮੈਂ ਬਸ ਹੁਣੇ ਹੀ ਆਈ ਆ ਭਾਬੀ ਆ ਦੇਖ ਲਾ ਮੇਰੀ ਹਮੈਤਣ ਨੂੰ ਨਾ ਚੁਗਲਖੋਰ ਨਹੀਂ ਦੱਸਦੀ ਆ ਵੋਟੀਏ ਤੈਨੂੰ ਇੰਨੀ ਅਕਲ ਨਹੀਂ ਵੀ ਨਣਦ ਆਈ ਆ ਨੀ ਚਾਹ ਪਾਣੀ ਪੁੱਛਾ ਹਾਂ ਦੀਦੀ ਤੁਸੀਂ ਦੱਸੋ ਪਾਣੀ ਪੀਓਗੇ ਚਾਹ ਪੀਓਗੇ ਜਾਂ ਸਿੱਧੀ ਰੋਟੀ ਲਿਆਵਾਂ ਤੂੰ ਐ ਕਰ ਤੂੰ ਪਾਣੀ ਹੀ ਲੈ ਆ ਪਹਿਲਾਂ ਮੇਰੇ ਨਾਲ ਪੱਥਰੀ ਕਰਕੇ ਡਾਕਟਰ ਨੇ ਕਿਹਾ ਹੋਇਆ ਵੱਧ ਤੋਂ ਵੱਧ ਪਾਣੀ ਪੀਣਾ ਚੰਗਾ ਦੀਦੀ ਖੜੀ ਖੜੀ ਹੁਣ ਬਿਟਰ ਬਿਟਰ ਝਾਕੀ ਜਾਨੀ ਆ ਰੋਟੀ ਪਾਣੀ ਨਹੀਂ ਤਿਆਰ ਕਰਨਾ ਕੁੜੀ ਵਾਸਤੇ ਤਿਆਰ ਕਰਨ ਨੂੰ ਕੀ ਆ ਮੰਮੀ ਭਾਬੀ ਜਿਹੜੀ ਕੋਈ ਦਾਲ ਸਬਜ਼ੀ ਬਣੀ ਆ ਨਾ ਉਹੀ ਲਿਆ ਮੈਨੂੰ ਬਹੁਤ ਭੁੱਖ ਲੱਗੀ ਆ ਨਹੀਂ ਨਹੀਂ ਦੀਦੀ ਮੈਂ ਖਾਣਾ ਤਿਆਰ ਕਰਦੀ ਆ ਹਾਏ ਤਾਂ ਸਿਰਫ ਧੋਵੀਂ ਮੂੰਗੀ ਦੀ ਦਾਲ ਬਣਾਈ ਉਹ ਮੰਮੀ ਨੇ ਕਹਿ ਕੇ ਬਣਵਾਈ ਸੀ ਕਿ ਮੇਰੇ ਲਈ ਹਲਕਾ ਭੋਜਨ ਤਿਆਰ ਕਰਨ ਉਹ ਭਾਬੀ ਤੂੰ ਬਾਕੀ ਛੱਡ ਤੂੰ ਜਾ ਤੇ ਜੋ ਬਣਿਆ ਬਸ ਉਹ ਲੈ ਕੇ ਆ ਸਵਾਦ ਆ ਗਿਆ ਰੋਟੀ ਖਾ ਕੇ ਬੜੀ ਦਿਨਾਂ ਬਾਅਦ ਨਾ ਮੈਂ ਆਹ ਧੂਮੀ ਮੂੰਗੀ ਦੀ ਦਾਲ ਖਾਦੀ ਆ ਸਵਾਦ ਸਵਾਦ ਆ ਗਿਆ ਡੱਕਾ ਧਰਨਾ ਨਹੀਂ ਆਉਂਦਾ ਉਹਨੂੰ ਤੋੜਨਾ ਨਹੀਂ ਆਉਂਦਾ ਹੈਗਾ ਦਾਲ ਬੇਸਵਾਦੀ ਬਣਾ ਦਿੰਦੀ ਆ ਉਹ ਵੀ ਤੈਨੂੰ ਸਵਾਦ ਲੱਗੀ ਆ ਦੇਖ ਲਾ ਉਹਨੂੰ ਇੰਨੀ ਅਕਲ ਨਹੀਂ ਹੈਗੀ ਵੀ ਕੁੜੀ ਨੇ ਆਣਾ ਮੈਂ ਕੋਈ ਚੱਜ ਦੀ ਦਾਲ ਸਬਜ਼ੀ ਬਣਾ ਲਵਾਂ ਜਿੱਦਾਂ ਦੀ ਹੈਗੀ ਸੀ ਉਹੀ ਰਾਤ ਮਰਾਤੇ ਦੀ ਜੋ ਵੀ ਬਣਾਇਆ ਉਹੀ ਤੇਰੇ ਮੂਹਰੇ ਤਰਤਾ ਉਹ ਮੰਮੀ ਉਹ ਤਾਂ ਕਹਿੰਦੀ ਸੀਗੀ ਉਹ ਤਾਂ ਮੈਂ ਹੀ ਮਨਾ ਕਰਤਾ ਉਹਨੂੰ ਉਹ ਕਦੀ ਅੱਗੇ ਖਾਤਰਦਾਰੀ 'ਚ ਮੇਰੀ ਕਮੀ ਛੱਡਦੀ ਆ ਤੂੰ ਐਵੇਂ ਪਰਦੇ ਨਾ ਪਾਇਆ ਕਰ ਅੱਛਾ ਆਪਣੇ ਭਰਾ ਵੱਲ ਦੀਆਂ ਭਰਜਾਈ ਵੱਲ ਦੀਆਂ ਗੱਲਾਂ ਕਰਦੀ ਰਹਿੰਦੀ ਆ ਮੈਨੂੰ ਤਾਂ ਕੋਈ ਜਾਣਦਾ ਹੀ ਨਹੀਂ ਹੈਗਾ ਇਸ ਘਰ 'ਚ ਭਲਾ ਪਰਦੇ ਪਾਉਣ ਵਾਲੀ ਮੰਮੀ ਇਹਦੇ 'ਚ ਕੀ ਗੱਲ ਆ ਤੁਸੀਂ ਵੀ ਬਹੁਤ ਵਧਾ ਚੜਾ ਕੇ ਭਾਬੀ ਦੇ ਖਿਲਾਫ ਬੋਲਦੇ ਆ ਵਧਾਉਂਗੀ ਓਏ ਜੇ ਮੈਨੂੰ ਕੁਝ ਕਹਿੰਦੀ ਤਾਂ ਹੀ ਮੈਂ ਕਹਿੰਦੀ ਐਵੇਂ ਤਾਂ ਨਹੀਂ ਕਹਿੰਦੀ ਮੈਂ ਤਾਂ ਕਦੀ ਬੋਲਦੀ ਸੁਣੀ ਨਹੀਂ ਹੈਗੀ ਉਹ ਤੁਹਾਡੇ ਸਾਹਮਣੇ ਆ ਬੜੀ ਚਲਾਕ ਆ ਤੇਰੇ ਸਾਹਮਣੇ ਆ ਮੂਹਾਂ ਮਿੱਠੂ ਮੰਮੀ ਤੁਸੀਂ ਬਾਹਲੇ ਹੀ ਬੋਲਦੇ ਹੋ ਤੁਸੀਂ ਆ ਜਾ ਭਾਬੀ ਤੂੰ ਵੀ ਰਜਾਈ 'ਚ ਬਹਿ ਜਾ ਆ ਜਾ ਨਾਲੇ ਭਾਬੀ ਜਿਹੜੀ ਤੁਸੀਂ ਅੱਜ ਆਹ ਦਾਲ ਬਣਾਈ ਆ ਨਾ ਮੈਂ ਸਿੱਖਣਾ ਤੁਹਾਡੇ ਕੋਲੋਂ ਵੀ ਕਿਵੇਂ ਬਣਾਈ ਸੀ ਤੇ ਜਿਹੜੇ ਪਿਛਲੀ ਵਾਰੀ ਤੁਸੀਂ ਕਾਲੇ ਛੋਲੇ ਬਣਾਏ ਸੀ ਨਾ ਉਹ ਵੀ ਮੈਂ ਸਿੱਖ ਕੇ ਜਾਣੇ ਨੇ ਲੋ ਦੀਦੀ ਤੁਸੀਂ ਤਾਂ ਮਜ਼ਾਕ ਕਰਦੇ ਆ ਤੁਸੀਂ ਤਾਂ ਮੇਰੇ ਨਾਲੋਂ ਵੀ ਜ਼ਿਆਦਾ ਕੁਕਿੰਗ 'ਚ ਐਕਸਪਰਟ ਆ ਨਾ ਨਾ ਭਾਬੀ ਮੈਂ ਤੁਹਾਡਾ ਮੁਕਾਬਲਾ ਨਹੀਂ ਕਰ ਸਕਦੀ ਮੈਂ ਤਾਂ ਹਰ ਕੰਮ 'ਚ ਤੁਹਾਡੇ ਤੋਂ ਪਿੱਛੇ ਆ ਚਾਹੇ ਉਹ ਕੁਕਿੰਗ ਆ ਚਾਹੇ ਉਹ ਸਟਿਚਿੰਗ ਆ ਚਾਹੇ ਉਹ ਮੇਕਅਪ ਆ ਇੱਥੇ ਬੈਠੀ ਹੀ ਹੀ ਕਰੀ ਜਾਈ ਤੂੰ ਹੁਣ ਇਦਾਂ ਹੀ ਦੰਦ ਕੱਢੀ ਜਾਈ ਬੈਠੀ ਅੱਛਾ ਤੈਨੂੰ ਇਹ ਨਹੀਂ ਪਤਾ ਵੀ ਚਾਹ ਰੋਟੀ ਖਿਲਾਣੀ ਫੋਕੀ ਦਾਲ ਦੀ ਤਰ੍ਹਾਂ ਹੀ ਫੋਕੀ ਉਹ ਚਾਹ ਪੜਾ ਦੇਣੀ ਆ
ਵੀ ਚਾਹ ਲਿਆ ਜਾ ਕੇ ਬਣਾ ਕੇ ਨਾਲ ਕੁਛ ਮੰਗਾ ਲਾ ਕੋਈ ਸਮੋਸਾ ਮੰਗਾ ਲਾ ਕੋਈ ਪਨੀਰ ਦੇ ਪਕੌੜੇ ਮੰਗਾ ਲਾ ਆਪ ਤਾਂ ਖਾਣ ਨੂੰ ਪਤਾ ਲੱਗਦਾ ਮੈਂ ਵੀ ਖਾਣਾ ਉਹਨਾਂ ਨੂੰ ਪਤਾ ਵੀ ਕਿਸੇ ਨੇ ਇਹਨੇ ਵੀ ਖਾਣਾ ਹੈ ਕੁਛ ਮੰਮੀ ਤੁਸੀਂ ਫਿਕਰ ਨਾ ਕਰੋ ਮੈਨੂੰ ਸਭ ਪਤਾ ਆ ਦੀਦੀ ਮੈਂ ਹੁਣੀ ਜਾ ਕੇ ਨਾ ਤੁਹਾਡੇ ਫੇਵਰਿਟ ਪਨੀਰ ਦੇ ਪਕੌੜੇ ਤੇ ਗਜਰੇਲਾ ਲੈ ਕੇ ਆਨੀ ਆ ਉਹ ਭਾਬੀ ਹੁਣੇ ਤਾਂ ਹਲੇ ਰੋਟੀ ਖਾਧੀ ਹੈ ਕੋਈ ਨਾ ਦੀਦੀ ਰੋਟੀ ਖਾਧੀ ਨੂੰ ਤਾਂ ਬਹੁਤ ਟਾਈਮ ਹੋ ਗਿਆ ਹੁਣ ਚਾਹ ਪੀਣ ਦਾ ਟਾਈਮ ਆ ਮੈਂ ਕੁਝ ਲੈ ਕੇ ਆਉਣੀ ਆ ਮੰਮੀ ਤੁਸੀਂ ਉਹਨੂੰ ਟੇਕ ਕੇ ਨਾ ਬਹਿਣ ਦਿਓ ਨਾ ਮੈਂ ਉਹਦੇ ਕੀ ਡਾਂਗ ਮਾਰਤੀ ਤੋ ਉਹਦੀਆਂ ਬਹੁਤੀਆਂ ਤਾਰੀਫਾਂ ਕਰ ਕਰਕੇ ਨਾ ਉਹਨੂੰ ਸਿਰ ਤੇ ਨਾ ਚੜਾ ਨੋਹਾਂ ਤੇ ਭਰਜਾਈਆਂ ਤਾਂ ਚੰਡੀਆਂ ਹੀ ਠੀਕ ਰਹਿੰਦੀਆਂ ਨੇ ਨਾ ਮੇਰੀ ਸੱਸ ਪਤਾ ਤੈਨੂੰ ਕਿੰਨੀ ਕਪੱਤੀ ਸੀ ਕਿੰਨਾ ਮੈਨੂੰ ਚੰਡ ਕੇ ਰੱਖਦੀ ਸੀਗੀ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਮੰਮੀ ਵੀ ਆਪਦਾ ਸੁਭਾਅ ਬਦਲੋ ਨਾ ਹੁਣ ਤੁਸੀਂ ਆਪਦੀ ਸੱਸ ਵਾਲਾ ਬਦਲਾ ਆਪਦੀ ਨੋਹ ਤੋਂ ਲੈਣਾ ਹੁਣ ਜ਼ਮਾਨਾ ਬਦਲ ਗਿਆ ਮੰਮੀ ਹੁਣ ਸੱਸ ਆਪਦੀ ਨੋਹ ਤੋਂ ਪਿਆਰ ਨਾਲ ਤਾਂ ਜਿੰਨਾ ਮਰਜ਼ੀ ਕੰਮ ਲੈ ਲਵੇ ਧੱਕੇ ਨਾਲ ਨਹੀਂ ਲੈ ਸਕਦੀ ਨਾਲੇ ਜੇ ਬਾਲਾ ਧੱਕਾ ਕਰੇਗੀ ਨਾ ਅਗਲੀ ਸਮਾਨ ਚੱਕ ਕੇ ਅੱਡ ਹੋ ਜੂ ਫਿਰ ਬਾਅਦ ਚ ਕੰਧਾਂ ਚ ਟੱਕਰਾਂ ਮਾਰਦੀ ਫਿਰੇਗੀ ਪਰ ਮੈਨੂੰ ਇਹ ਤਾਂ ਦੱਸੋ ਅੱਜ ਕਿਹੜੀ ਗੱਲ ਤੋਂ ਤੁਸੀਂ ਭੁੱਸ ਰਹੇ ਹੋਏ ਆ ਉਹਦੇ ਨਾਲ ਲੈ ਸੁਣ ਲੈ ਕੁੜੀਏ ਇਹਦੇ ਭਰਾ ਦੇ ਵਿਆਹ ਨੂੰ ਹਜੇ 20 ਦਿਨ ਪਏ ਨੇ ਰੋਜ਼ ਹੀ ਇਹਦੀ ਮਾਂ ਚੱਕ ਕੇ ਫੋਨ ਕਰ ਦਿੰਦੀ ਆ ਆ ਜਾ ਆ ਬਾਜ਼ਾਰ ਜਾਣਾ ਆ ਜਾ ਅੱਜ ਆ ਕਰਨਾ ਆ ਆ ਜਾ ਅੱਜ ਉੱਥੇ ਜਾਣਾ ਆ ਆ ਜਾ ਅੱਜ ਬਰੀ ਲਿਆਉਣੀ ਆ ਅੱਜ ਆ ਲਿਆਉਣਾ ਆ ਹੋਰ ਨਹੀਂ ਕੋਈ ਹੈਗਾ ਇਹਨਾਂ ਦੇ ਘਰ ਕੰਮ ਕਰਨ ਨੂੰ ਨਾ ਮੰਮੀ ਇੱਕ ਗੱਲ ਮੈਨੂੰ ਦੱਸ ਜਦੋਂ ਆਪਣੇ ਸ਼ੇਰੇ ਦਾ ਵਿਆਹ ਸੀਗਾ ਮੈਂ ਉਦੋਂ ਕਿੰਨੇ ਕੁ ਦਿਨ ਪਹਿਲਾਂ ਆ ਗਈ ਸੀ ਆਈ ਕਾਹਨੂੰ ਸੀ ਮੈਂ ਤਾਂ ਮਹੀਨਾ ਪਹਿਲਾਂ ਤੈਨੂੰ ਧੱਕੇ ਨਾਲ ਲਿਆਈ ਸੀ ਨਾਲੇ ਤੇਰੀ ਸੱਸ ਤਾਂ ਬਾਹਲੀ ਹੋਈ ਚੰਗੀ ਆ ਇੱਕ ਵਾਰੀ ਕਹੇ ਤੇ ਮੇਰੇ ਨਾਲ ਭੇਜਤਾ ਫਿਰ ਤੁਸੀਂ ਆਪ ਹੀ ਸੋਚ ਲਓ ਮੇਰੀ ਸੱਸ ਵਰਗੇ ਤੁਸੀਂ ਚੰਗੇ ਸੱਸ ਨਹੀਂ ਬਣ ਸਕਦੇ ਦੇਖ ਮੰਮੀ ਜਿਵੇਂ ਤੈਨੂੰ ਮੇਰੇ ਤੇ ਮਾਣ ਆ ਨਾ ਉਵੇਂ ਹਰ ਮਾਪੇ ਨੂੰ ਆਪਦੀ ਧੀ ਤੇ ਮਾਣ ਹੁੰਦਾ ਉਹਨੂੰ ਅੱਗੇ ਕਰ ਕਰਕੇ ਸ਼ਾਪਿੰਗ ਕਰਦੇ ਨੇ ਤੇ ਸਾਰੇ ਕਾਰ ਵਿਹਾਰ ਕਰਦੇ ਨੇ ਜੇ ਚੰਗਾ ਸੋਚੇਂਗੀ ਨਾ ਤਾਂ ਚੰਗਾ ਹੋਊਗਾ ਤੂੰ ਆਪਦੀ ਨੌਂ ਨੂੰ ਹੁਣ ਪੰਡਣਾ ਛੱਡ ਦੇ ਉਹ ਬਹੁਤ ਚੰਗੀ ਆ ਤਾਂ ਉਹਨੂੰ ਚੰਗੀ ਹੋਈ ਰਹਿਣ ਦੇ ਤੇ ਉਹਨੂੰ ਨਾ ਹੁਣ ਤੂੰ ਆਪਦੇ ਮਾੜੇ ਸੁਭਾਅ ਕਰਕੇ ਮਾੜੀ ਹੋਣ ਲਈ ਮਜਬੂਰ ਨਾ ਕਰ ਆਪਾਂ ਆਮ ਹੀ ਦੇਖਦੇ ਹਾਂ ਵੀ ਕਈ ਨੌਹਾਂ ਬਹੁਤ ਚੰਗੀਆਂ ਹੁੰਦੀਆਂ ਨੇ ਤੇ ਆਪਦੇ ਸਹੁਰੇ ਪਰਿਵਾਰ ਦੀ ਬਹੁਤ ਸੇਵਾ ਕਰਦੀਆਂ ਨੇ ਪਰ ਉਹਦਾ ਸਹੁਰਾ ਪਰਿਵਾਰ ਜਦੋਂ ਉਹਦਾ ਸਾਥ ਨਹੀਂ ਨਾ ਦਿੰਦਾ ਤਾਂ ਫਿਰ ਉਸ ਨੌਹ ਨੂੰ ਵੀ ਆਪਦਾ ਸੁਭਾਅ ਬਦਲਣ ਲੱਗੇ ਦੇਰ ਨਹੀਂ ਲੱਗਦੀ ਤਾਂ ਹੀ ਫਿਰ ਆ ਘਰਾਂ 'ਚ ਕਲੇਸ਼ ਤੇ ਅੱਡ ਹੋਣ ਵਾਲੇ ਡਰਾਮੇ ਸ਼ੁਰੂ ਹੋ ਜਾਂਦੇ ਨੇ ਤੇ ਇਸ ਸਾਰੇ ਕਲੇਸ਼ ਲਈ ਨੌਹ ਤੋਂ ਵੱਧ ਉਹਦੀ ਸੱਸ ਕਸੂਰਵਾਰ ਹੁੰਦੀ ਆ ਹੁਣ ਤੂੰ ਆਪ ਹੀ ਦੇਖ ਲਾ ਤੂੰ ਇਸ ਘਰ ਨੂੰ ਵਸਾਉਣਾ ਜਾਂ ਉਜਾੜਨਾ ਭਾਬੀ ਨੂੰ ਚੰਗੀ ਰਹਿਣ ਦੇਣਾ ਜਾਂ ਨਹੀਂ ਰਹਿਣ ਦੇਣਾ ਹੁਣ ਫੈਸਲਾ ਨਾ ਤੇਰੇ ਆਪਦੇ ਹੱਥ 'ਚ ਹੀ ਆ ਆਪਦੇ ਮਨ ਨਾਲ ਸਲਾਹ ਕਰ ਲਈ ਨਾਲੇ ਤੂੰ ਕੱਲੀ ਕਿਉਂ ਸੋਚੇ ਹਰ ਉਹ ਸੱਸ ਸੋਚੇ ਜਿਹੜੀ ਆਪਦੀ ਨੌਹ ਨੂੰ ਭੰਡਦੀ ਰਹਿੰਦੀ ਆ ਤੇ ਗੱਲ ਗੱਲ ਤੇ ਟੋਕਾ ਟਾਕੀ ਕਰਦੀ ਰਹਿੰਦੀ ਆ ਅੱਜ ਕੱਲ੍ਹ ਦੀ ਜਿਹੜੀ ਨੌਹ ਆ ਨਾ ਉਹ ਪੜ੍ਹੀ ਲਿਖੀ ਤੇ ਸਿਆਣੀ ਆ ਉਹ ਆਪਦੇ ਘਰ ਦਾ ਚੰਗਾ ਮਾੜਾ ਸੋਚ ਸਕਦੀ ਆ ਥੈਂਕ ਯੂ ਦੀਦੀ ਮੈਂ ਤਾਂ ਰੱਬ ਅੱਗੇ ਅਰਦਾਸ ਕਰਦੀ ਹਾਂ ਕਿ ਹਰੇਕ ਭਰਜਾਈ ਨੂੰ ਤੁਹਾਡੇ ਵਰਗੀ ਨਨਾਣ ਮਿਲੇ ਜੋ ਕਿ ਆਪਣੀ ਮਾਂ ਨਾਲੋਂ ਵੱਧ ਆਪਣੀ ਭਰਜਾਈ ਨਾਲ ਪਿਆਰ ਕਰੇ ਤਾਂ ਫਿਰ ਭਰਜਾਈ ਵੀ ਕਿਸੇ ਗੱਲ ਤੋਂ ਪਿੱਛੇ ਨਹੀਂ ਹਟੂਗੀ